ਪਿਆਰ ਕਰਨੇ ਵਾਲੋ ਕੋ ਜਬ ਜਬ ਦਾਦੀ ਮਾਨਾ ਡਰਦੇ ਡੁਰਦੇ ਨੀ ਹੈਗੇ ਕਿਸੇ ਕੋ ਠੀਕ ਆ ਜਦੋਂ ਬੈਠਾ ਹੋਵੇ ਤੇਰੇ ਉਦਾਂ ਪੰਦ ਨਿਕਲਦੇ ਟੱਟੀਆਂ ਵਗ ਜਾਂਦੀਆਂ ਤੇ ਪਾਪਾ ਜਿਆਦਾ ਪਿਆਰਾ ਕਿ ਮੈਂ ਭਲਾ ਨਹੀਂ ਮੈਨੂੰ ਤਾਂ ਗਗਨ ਪਿਆਰਾ ਜਿਆਦਾ ਗਲੇ ਲੁੜੀਆਂ ਵਾਲੇ ਸਾਬੀ ਦੇ ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਦੇ ਵਿੱਚ ਜਿਹਦਾ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਗਗਨ ਲਾਲੀ ਵਲੌਗਸ ਅਫੀਸ਼ੀਅਲ ਯੂਟਿਊਬ ਚੈਨਲ ਸੋ ਬਾਬਿਓ ਵਲੌਗ ਚ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸਵਾਗਤ ਨਵਾਂ ਵਲੌਗ ਤੁਹਾਡੇ ਸਾਰਿਆਂ ਲਈ ਲੈ ਕੇ ਆਏ ਹਾਂ ਬੀਬੀ ਦੀਆਂ ਖੱਟੀ ਮਿੱਠੀਆਂ ਗੱਲਾਂ ਦੇ ਨਾਲ ਅਤੇ ਹੋਲਾ ਮਹੱਲਾ 2024 ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਦਿਖਾਇਆ ਆਪਾਂ ਕੇਸਗੜ੍ਹ ਸਾਹਿਬ ਕੀਰਤਪੁਰ ਸਾਹਿਬ ਬਾਬੇ ਗੁਰਦਿੱਤਾ ਜੀ ਦੇ ਬਾਬਾ ਬੁੱਢਣ ਸ਼ਾਹ ਅੱਜ 2-4 ਗੁਰਦੁਆਰੇ ਆਪਾਂ ਗਏ ਸੀਗੇ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਏ ਸੰਗਤ ਦੇ ਅਤੇ ਸਾਰੇ ਜਣੇ ਵਲੌਗ ਨੂੰ ਦੇਖਿਓ ਵਧੀਆ ਲੱਗਾ ਅਤੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਬਾਕੀ ਦੇਖੋ ਵਲੌਗ ਅਤੇ ਐਂਟਰਟੇਨਮੈਂਟ ਦੇ ਨਾਲ ਨਾਲ ਥੋੜ੍ਹਾ ਜਿਹਾ ਆਪਣਾ ਮਤਲਬ ਕਿ ਵਧੀਆ ਚੀਜ਼ ਵੀ ਆਪਾਂ ਦਿਖਾਈ ਮੈਨੂੰ ਪਤਾ ਇਹ ਚੀਜ਼ ਤੁਸੀਂ ਦੇਖਦੇ ਨਹੀਂ ਹੈਗੇ ਪਰ ਫਿਰ ਵੀ ਆਪਣਾ ਦਿਖਾਉਣਾ ਫਰਜ਼ ਆ ਕਿਉਂਕਿ ਕਈ ਲੋਕਾਂ ਨੂੰ ਹੁੰਦਾ ਵਾ ਕਿ ਯਾਰ ਅਸੀਂ ਬਾਹਰ ਬੈਠੇ ਸੀਗੇ ਨਹੀਂ ਹਨਾ ਵੀ ਆਪਾਂ ਦੇਖ ਸਕਦੇ ਸੀ ਮੇਲੇ 'ਤੇ ਆ ਸਕ ਹੋਲੇ ਮਹੱਲੇ 'ਤੇ ਆ ਸਕਦੇ ਸੀਗੇ ਸੋ ਇਸ ਕਰਕੇ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੋ ਸਾਰੇ ਜਣੇ ਵਲੌਗ ਦੇ ਨਾਲ ਬਣੇ ਰਹੋ ਅਤੇ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਾ ਅਤੇ ਦੇਖੋ ਪੁੱਤਰ 8-9 ਵਾਰ ਲਾਈਵ ਸਟ੍ਰੀਮ ਪਾ ਤਾ ਆਪਾਂ GTA 2000 ਖੇਡਣ ਡਿਆ ਵਾ ਅਤੇ ਬਾਕੀ ਜਨਤਾ ਪੂਰੀਆਂ ਛਕਣ ਡਈ ਹੈ ਉਦੋਂ ਚੱਲਣ ਡਿਆ ਲਾਈਵ ਗਿੱਲ ਸਾਹਿਬ ਆ ਗਏ ਨੇ ਅਤੇ ਗਿੱਲ ਸਾਹਿਬ ਸਵੇਰ ਦੀ ਸਲਾਹ ਕਰਨ ਡੇ ਆ ਹੋਲੇ ਮਹੱਲੇ 'ਤੇ ਜਾਣ ਦੀ ਅਤੇ ਉਹ ਅੱਜ ਸਾਬੀ ਚੱਲ ਗਿਆ ਕਿਤੇ ਜੁਝਾਰ ਵੀ ਵਿਹਲਾ ਨਹੀਂ ਅਤੇ ਫਿਰ ਆਪਣਾ ਪ੍ਰੋਗਰਾਮ ਹਜੇ ਵੀ ਨਹੀਂ ਬਣਨ ਡਿਆ ਹੁਣ ਕੱਲ੍ਹ ਦਾ ਸ਼ਾਇਦ ਪੱਕਾ ਨਹੀਂ ਹੈਗਾ ਆਪਾਂ ਜਾਵਾਂਗੇ ਕਿ ਨਹੀਂ ਜਾਣਾ ਰਾਜੇ ਕੱਲ੍ਹ ਨੂੰ ਭਾਅ ਤੁਸੀਂ ਦੱਸੋ ਮੈਂ ਤਾਂ ਜਾਣਾ ਹਜੇ ਸਾਡਾ ਫਾਈਨਲ ਨਹੀਂ ਹੈਗਾ ਕੁਛ ਕਿ ਕੱਲ੍ਹ ਨੂੰ ਆਪਾਂ ਜਾਣਾ ਵਾ ਕਿ ਨਹੀਂ ਜਾਣਾ ਬਾਕੀ ਬੀਬੀ ਦੀ ਸਲਾਹ ਲੈ ਲਓ ਬੀਬੀ ਜਾਈਏ ਆਪਾਂ ਕਿੱਦਾਂ ਕਰੀਏ ਬੀਬੀ ਕੋਲ ਇੱਕ ਸਲਾਹ ਲੈਣੀ ਆਪਾਂ ਰਾਜੇ ਨੂੰ ਵੀ ਥੋੜ੍ਹਾ ਜਿਹਾ ਨਾ ਵਿਆਹ ਕਰਾਉਣ ਦਾ ਉਹ ਬੜਾ ਹੋਇਆ ਪਿਆ ਵਾ ਕੀ ਕਹਿੰਦੇ ਆ ਉਹਨੂੰ ਕੀ ਕਹਿੰਦੇ ਹੁੰਦੇ ਇੱਕ ਜਨੂਨ ਚੜਿਆ ਇਹਨੂੰ ਵੀ ਦਾਦੀ ਮਾਂ ਵਿਆਹ ਦਾ ਜਨੂਨ ਚੜਦਾ ਕਰੀ ਕਦੀ ਕਿ ਹਾਂ ਵੀ ਵਿਆਹ ਕਰਾ ਲਈਏ ਯਾਰ ਵਿਆਹ ਕਰਾ ਕੇ ਜ਼ਿੰਦਗੀ ਜ਼ਿਆਦਾ ਵਧੀਆ ਵਾ ਹਾਂ ਨਾਲੇ ਤੈਨੂੰ ਵੀ ਬਹੁਤ ਤੇਰੇ ਵੀ ਵਿਆਹ ਤੇ ਕਰਾਇਆ ਜ਼ਿੰਦਗੀ ਪਰ ਪਤਾ ਨਹੀਂ ਕਿਆ ਚੱਲ ਪੈਣੀ ਆ ਹਨਾ ਵੀ ਇਹਨੂੰ ਵਿੱਚ ਵਿੱਚ ਜੇ ਜਨੂਨ ਚੜਦਾ ਵਾ ਕਿ ਮੈਂ ਵਿਆਹ ਕਰਾ ਕੇ ਬਾਹਰ ਜਾਵਾਂ ਫਿਰ ਮੈਂ ਸਮਝਾਉਂਦਾ ਹੁੰਦਾ ਫਿਰ ਮੈਂ ਸਮਝਾਉਂਦਾ ਹੁੰਦਾ ਕਿ ਸਾਨੂੰ ਦੇਖ ਲੋ ਕਿਹੋ ਜਿਹੀਆਂ ਗੱਲਾਂ ਕਰਦੇ ਆ ਤੈਨੂੰ ਕਹਿ ਨਹੀਂ ਦਿੱਤੀ ਮਾਰੋ ਮਾਰੋ ਬੀਬੀ ਇਹਦਾ ਮਾਰੋ ਇੱਥੇ ਹੀ ਰੁਕ ਜਾ ਰੁਕ ਜਾ ਬੀ ਇੱਕ ਮਿੰਟ ਇੱਕ ਮਿੰਟ ਹਥਿਆਰ ਦੇ ਦੀ ਬੀਬੀ ਹਥਿਆਰ ਤੁਹਾਡਾ ਮੇਰੀ ਗੱਲ ਤਾਂ ਸੁਣ ਕਿੰਨਾ ਚੱਲਾ ਉਹ ਉੱਤੇ ਕਾ ਤੋ ਰੱਖ ਲਿਆ ਵਾ ਉਹ ਮੈਨੂੰ ਕਰ ਔਰ ਨਹੀਂ ਨਹੀਂ ਮੇਰੀ ਗੱਲ ਸੁਣੋ ਮੈਂ ਨਾ ਇੱਕ ਗੱਲ ਕਰਨੀ ਸੀਗੀ ਹਾਂਜੀ ਹਾਂਜੀ ਕਰੋ ਕੱਲ ਮੈਂ ਨਾ ਉਧਰ ਰਾਹ ਤੇ ਜਾਣ ਦੇ ਤੇ ਮੈਨੂੰ ਨਾ ਇੱਕ ਗੱਲ ਚੇਤੇ ਆਈ ਚੱਜ ਦੀ ਹੋਵੇ ਨਹੀਂ ਨਹੀਂ ਤੁਹਾਨੂੰ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀਗਾ ਤੇ ਉਦੋਂ ਤੁਸੀਂ ਮੈਨੂੰ ਇੱਕ ਉਹ ਲੱਤਾਂ ਤੇ ਬਿਠਾ ਕੇ ਤਾਂ ਉਹਨੂੰ ਚੁੱਕਦੇ ਹੁੰਦੇ ਸੀ ਉਹ ਕਿਹੜੀ ਬੋਲੀ ਬੋਲਦੇ ਹੁੰਦੇ ਸੀਗੇ ਕੂਟੇ ਮਾਟੇ ਕੀ ਹੈ ਪੂਰੀ ਜਦ ਮੈਂ ਛੋਟਾ ਹੁੰਦਾ ਸੀ ਨਾ ਦਰਮਾ ਕਿੱਥੋਂ ਸਿੱਖਿਆ ਤੁਸੀਂ ਕੂਟੇ ਮਾਟੇ
ਓਏ ਤੇ ਸਾਰਿਆਂ ਨੂੰ ਆਉਂਦਾ ਵਾ, ਤੈਨੂੰ ਨੀ ਆਉਂਦਾ? ਪੱਕੇ ਪੱਕੇ ਰਾਜੇ ਦੇ ਪੱਕੇ ਪੱਕੇ ਆਪਣਾ ਗਗਨ ਦੇ ਸੜੇ ਗਲੇ ਲੁੜੀਆਂ ਵਾਲੇ ਸਾਬੀ ਦੇ ਮੈਂ ਛੋਟਾ ਹੁੰਦਾ, ਮੈਨੂੰ ਇੱਕੋ ਦਮ ਹੀ ਚੇਤਾ ਆਇਆ ਯਾਰ, ਜਦੋਂ ਨਿੱਕਾ ਜਿਹਾ ਹੁੰਦਾ ਬੀਬੀ ਮੈਨੂੰ ਆਹ ਸੁਣਾਉਂਦੀ ਹੁੰਦੀ, ਜਦੋਂ ਮੈਂ ਫੇਰ ਕਹਿੰਦਾ ਹੁੰਦਾ ਇੱਕ ਵਾਰੀ ਫੇਰ ਇੱਕ ਵਾਰੀ ਫੇਰ, ਬੀਬੀ ਲੱਤਾਂ ਥੱਕਣ ਲੱਗ ਪੈਂਦੇ, ਬੀਬੀ ਤਾਂ ਚੁੱਕਦੀ ਹੁੰਦੀ ਐਂ ਕਰਕੇ ਪੈਰਾਂ ਦੇ ਉੱਤੇ, ਉਹ ਜਦੋਂ ਕਾਲੀ ਨੇਰੀ ਆਉਂਦੀ ਕਰਕੇ ਆਉਂਦੇ ਕਦੇ ਬੀਬੀ ਥੱਲੇ ਨੀ ਦੇਖੋ, ਇੱਕ ਟਾਈਮ ਹੁੰਦਾ ਬੀਬੀ ਕਦੀ ਜਦੋਂ ਤੁਸੀਂ ਤਾਂ ਚੱਕਰ ਥੱਲੇ ਮੂੰਹ ਤੇ ਮੂੰਹ ਡਿੱਗਾ ਨਹੀਂ ਕਰੀਏ, ਉਹ ਬੀਬੀ ਕਿਤੇ ਹੱਡੀਆਂ ਮੈਂ ਗੰਦੇ ਨਹੀਂ, ਮਾਜੇ ਦੀ ਜੱਟੀ ਆ ਬੀਬੀ ਹੱਡੀ ਕਿਤੇ ਡਿੱਗਣ ਨਹੀਂ ਦੀ, ਇਦਾਂ ਕਦੇ ਨੰਗਾ ਚੌਰ ਪਿੰਡ ਤੋਂ ਆਈ ਹੈ ਹੋਰ ਭਾਵੇਂ ਜਿੱਦਾਂ ਮਰਜ਼ੀ ਡਿੱਗਦਾ ਫਿਰ ਐਵੇਂ। ਮੈਨੂੰ ਇੱਕਦਮ ਚੇਤਾ ਆਇਆ, ਮੈਂ ਕਿਹਾ ਨਿੱਕੇ ਨਿੱਕੇ ਹੁੰਦੇ ਸੀ ਯਾਰ, ਆਹ ਟਾਈਮ ਮੇਰੇ ਨਿਆਣੇ ਨੂੰ ਵੀ ਦਿਖਾਉਣਾ ਵਾ ਤੁਸੀਂ, ਠੀਕ ਹੈ ਠੀਕ ਹੈ, ਉਦੋਂ ਉਹਨੂੰ ਚੁੱਕ ਲਓ ਕਹਿਣਾ, ਉਦੋਂ ਛੋਟਾ ਜਿਹਾ ਹੋਊਗਾ ਬੇਚਾਰਾ, ਜੀਂਦੀ ਰਹੀ ਤੇ ਮੈਂ ਵੇਖ ਕੇ ਸਾਰਾ ਕੁਝ ਜਾਣਾ, ਹਨਾ ਕੁੜੀ ਹੋਊਗੀ ਮੁੰਡਾ ਹੋਊਗਾ ਨਿੱਕੇ ਨਿੱਕੇ ਜਾਣੇ, ਉਹਨਾਂ ਨੂੰ ਫਿਰ ਬੀਬੀ ਤੇ ਇਹੀ ਸਿਖਾਉਣਾ ਵਾ, ਠੀਕ ਹੈ ਉਹਨਾਂ ਨੂੰ ਮਾਡਰਨ ਨਹੀਂ ਬਣਾਉਣਾ ਆਪਾਂ, ਫੋਨਾਂ ਤੇ ਨਹੀਂ ਲਾਉਣਾ, ਜੋ ਅੱਜ ਲੱਤਾਂ ਤੇਰੀਆਂ ਵੀ ਹੈਗੀਆਂ ਯਾਰ, ਜੋ ਬੀਬੀ ਇਹ ਕਰ ਦੇਣਾ ਨਾ ਭਾਜੀ ਤੁਹਾਡੇ ਪਿਓ ਵੀ ਕਰ ਸਕਦਾ ਹੁੰਦਾ, ਐਵੇਂ ਕਰ ਸਕਦੇ ਨੇ ਇਹਨੂੰ ਕੀ ਪਤਾ ਹਨਾ, ਵੀ ਬੀਬੀ ਕਰ ਸਕਦਾ ਪਿਓ ਕਿ ਨਹੀਂ ਦੱਸੋ ਮੈਨੂੰ, ਮੈਂ ਤੈਨੂੰ ਅਕਲ ਨਹੀਂ ਹੈਗੀ, ਮੈਂ ਪੜ ਦਾਦੀ ਆ, ਪੋਤਿਆਂ ਦਾ ਜਿਆਦਾ ਪਿਆਰ ਦਾਦੀ ਨਾਲ ਹੀ ਹੁੰਦਾ ਵਾ, ਪੁੱਤਾਂ ਦਾ ਠੀਕ ਆ, ਉਹੀ ਗੱਲ ਮੂਲ ਨਾਲ ਵਿਆਜ ਪਿਆਰ, ਹੁਣ ਤੁਹਾਨੂੰ ਪਾਪਾ ਜਿਆਦਾ ਪਿਆਰ ਹੈ ਕਿ ਮੈਂ ਭਲਾ, ਮੇਲਾ ਲੱਗ ਗਿਆ ਉਹਨੇ ਪੈਸੇ ਮੰਗਣੇ ਜੇ, ਹੁਣ ਥੋੜੇ ਚਿਰ ਤੱਕ ਇਹਨੇ ਪੈਸੇ ਵੀ ਮੰਗਣੇ ਤੁਹਾਡੇ ਤੋਂ, ਬੀਬੀ ਕੋ ਮੈਂ ਮੰਗਦਾ ਹੁੰਦਾ ਛੋਟਾ ਹੁੰਦਾ ਹਨਾ, ਪੈਸੇ ਹੁਣ ਵੀ ਮੰਗਣੇ ਜੇ, ਬੀਬੀ ਉਦੋਂ ਜਿਹੜਾ ਮੈਨੂੰ 10 ਰੁਪਏ ਦਿੰਦੀ ਹੁੰਦੀ ਸੀ ਨਾ, ਉਹਦਾ ਬੜਾ ਕੁਛ ਆ ਜਾਂਦਾ ਸੀ, ਅੱਜ ਉਹਨਾਂ 10 ਰੁਪਈਆਂ ਦਾ ਕੱਖ ਵੀ ਨੀ ਹੁੰਦਾ, ਉਦੋਂ ਮੈਂ ਬੀਬੀ ਬੀਬੀ ਨੇ ਮੈਨੂੰ 5 ਰੁਪਏ ਦਾ ਠੀਕ ਪਾ ਦੇਣਾ, ਕਦੀ ਮੈਨੂੰ 10 ਰੁਪਏ ਦਾ ਨੋਟ ਦੇਣਾ, ਢੂੰਗੀ ਜੀ ਭੜਕਾ ਕੇ ਨੇ ਭੱਜੇ ਫਿਰਨਾ, ਹਲੋ ਸਹੀ ਗੱਲ ਹੈ, ਇਹੀ ਨੋਟ ਹੁੰਦਾ ਸੀ ਗੱਲ, ਇੱਕ 5 ਰੁਪਏ ਦਾ ਨੋਟ ਆਉਂਦਾ ਹੁੰਦਾ ਸੀ, ਉਦੋਂ ਹੱਲਾ ਵਾਲਾ ਟਰੈਕਟਰ ਬਣਿਆ ਹੁੰਦਾ ਸੀ ਜਿਹਦੇ ਮਗਰ ਹਰੇ ਰੰਗ ਦਾ, ਬੀਬੀ ਨੇ ਮੈਨੂੰ ਉਹ ਦੇਣਾ ਭੱਜੇ ਹੀ ਫਿਰਨਾ, ਮੈਂ ਉਹ ਨੋਟ ਲੈ ਕੇ ਮੈਂ ਉਹਦੀਆਂ 5 ਕਟੋਰੀਆਂ ਲੈਣੀਆਂ ਸਕੂਲੋਂ, ਤੇ ਉਹੀ ਖਾਈ ਜਾਣੀਆਂ ਸਾਰਾ ਦਿਨ, ਉਦੋਂ 5 ਰੁਪਈਏ ਨਹੀਂ ਆਹੋ ਸਹੀ ਗੱਲ, ਉਦੋਂ 5 ਰੁਪਈਏ ਉਦੋਂ 5 ਰੁਪਈਏ 50,000 ਦੇ ਲੱਗ ਗਏ ਹੁੰਦੇ, ਸਿਆਰ ਬੜਾ ਸੀ ਜਦੋਂ ਉਹਨੇ ਕਟੋਰੀਆਂ ਮੱਕ ਜਾਣੀਆਂ ਉਹਨਾਂ ਘਰ ਆ ਜਾਣਾ, ਸਭ ਤੋਂ ਵੱਧ ਮੇਰੇ ਸਕੂਲੇ ਜਿੰਨੀਆਂ ਕੰਪਲੇਂਟਾਂ ਹੋਈਆਂ ਬੀਬੀ ਗਈ ਸਭ ਤੋਂ ਜ਼ਿਆਦਾ ਹਨਾ, ਉਹ ਕਹਿੰਦੇ ਹੁੰਦੇ ਇਹਦੇ ਮਦਰ ਪਾਪਾ ਫਾਦਰ ਕਿਉਂ ਨਹੀਂ ਆਉਂਦੇ, ਇਹਦੇ ਫਾਦਰ ਕਿਉਂ ਨਹੀਂ ਆਉਂਦੇ, ਹਰ ਵਾਰੀ ਬੀਬੀ ਮੇਰੇ ਨਾਲ ਜਾਂਦੀ ਹੁੰਦੀ ਤੇ ਮੈਡਮ ਨੇ ਇੰਨੀਆਂ ਮੇਰੇ ਮਤਲਬ ਤਾਰੀਫਾਂ ਕਰਦੀਆਂ ਨਾ, ਡਾਡਾ ਬੱਚਾ ਬਹੁਤ ਲਹਿਕ ਬਹੁਤ ਕਾਬਲ ਬੱਚਾ, ਇਹਦਾ ਧਿਆਨ ਰੱਖਿਓ ਗਾੜੀ, ਮੈਡਮ ਨੇ ਤੁਹਾਨੂੰ ਸਮਝਾਇਆ ਸੀ ਨਾ, ਸਮਝਾਇਆ ਮੈਂ ਲੈ ਕੇ ਨਿਕਲਿਆ ਨਾ ਮੁੜ ਕੇ, ਬਹੁਤ ਬਹੁਤ ਲੈਕ ਨਿਕਲਿਆ ਸਾਡੇ ਵਾਸਤੇ, ਤੇ ਸੋਨਾ ਹੀ ਆ ਸਿੱਧਾ ਲੈਕ ਹੀ ਲੈਕ ਮਸਾ, ਹੁਣ ਹੁਣ ਮੈਂ ਤੁਹਾਨੂੰ ਦੱਸਦਾ ਵਾਂ, ਜਿੱਦਾਂ ਜੀ ਦੱਸੀ ਦਾਦੀ ਦੀ ਦੱਸੂਗਾ, ਜਿੱਦਾਂ ਹੁਣ ਇਹਨੇ ਕਿਹਾ ਮੈਨੂੰ ਹਨਾ ਵੀ ਵਿਆਹ ਕਰਾਉਣਾ ਇੱਦਾਂ, ਇਹਦੇ ਕਰਕੇ ਮੈਂ ਸਮਝਾਇਆ ਇਹਨੂੰ, ਵੇਖ ਕਰਨ ਤੋਂ ਬਾਅਦ ਨਾ ਇੱਕ ਵਾਰੀ ਮੇਰੇ ਦਿਲ 'ਚ ਆਇਆ ਕਿ ਯਾਰ ਮੈਂ ਵੀ ਸ਼ਾਦੀ ਕਰਨੀ, ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਤਾਂ ਸੁਣੋ, ਮੈਂ ਸੁਣਨੀ ਨਹੀਂ ਗੱਲ ਤਾਂ ਸੁਣੋ ਮਾੜੀ ਜੀ, ਮੈਂ ਸੋਚਿਆ ਕਿ ਯਾਰ ਹੁਣ ਬਾਹਰ ਚਲ ਜਾਣਾ ਮੈਂ, ਠੀਕ ਆ ਕਿ ਮੈਂ ਸ਼ਾਦੀ ਕਰਕੇ ਹੀ ਜਾਂਦਾ ਵਾ,
ਚੱਲ ਜਾਂਦਾ ਹੁੰਦਾ ਕੰਮ। ਮੈਂ ਤਾਂ ਹੁਣ ਰੁਕਿਆ ਹੋਇਆ, ਮੈਂ ਤਾਂ ਹਜੇ ਟਾਈਮ ਹੈਗਾ ਵਾ ਮੇਰੇ ਨੂੰ, ਇਹ ਤੇਰੇ ਫਿਰਨ ਵਾਲਾ ਵਾ, ਅੱਗ ਲੱਗੀ ਹੁਣ ਤੈਨੂੰ, ਠੀਕ ਆ, ਤੇਰੀ ਬੁਝ ਜਾਣੀ ਆ ਟਾਈਮ ਤੇਰੀ, ਠੀਕ ਆ। ਬੀਬੀ ਇਹ ਬਹਾਨੇ ਨਾਲ ਆਪਣਾ ਕਰਾਉਣ ਨੂੰ ਫਿਰਦਾ ਜੇ, ਮੈਂ ਤੁਹਾਨੂੰ ਦੱਸੀ ਜਾਂਦਾ ਜੇ ਮੈਨੂੰ ਬੀਬੀ ਦੱਸੋ ਹੁਣ, ਮੈਂ ਝੂਠ ਮਾਰਿਆ ਕੁਛ, ਮੈਂ ਝੂਠ ਮਾਰਿਆ ਕਿਹਾ ਸੀ ਨਾ, ਘੁੰਮ ਘੁਮਾ ਕੇ ਇਹਦਾ ਜੀ ਕਰਦਾ, ਬੀਬੀ ਇਹਨਾਂ ਨੀ ਸੁੱਤਰ ਆਣਾ, ਡਰਦਾ ਨੀ ਤੂੰ। ਗੱਲ ਸਹੀ ਹੈ, ਤੁਹਾਨੂੰ ਲੱਗਣ ਡਿਆ ਕਿ ਮੈਂ ਪਾਪਾ ਤੋਂ ਇੰਨਾ ਡਰਦਾ, ਹਾਂਜੀ ਤੁਹਾਨੂੰ ਵਹਿਮ ਆ ਫਿਰ, ਨਹੀਂ ਵਹਿਮ ਨਹੀਂ, ਠੀਕ ਆ, ਡਰਦੇ ਡੁਰਦੇ ਨੀ ਹੈਗੇ ਕਿਸੇ ਕੋ, ਠੀਕ ਆ, ਜਿੱਦਾਂ ਥੰਮ ਖੜ ਗਿਆ ਨਾ, ਫਿਰ ਥੰਮ ਖੜ ਗਿਆ, ਕਿਹੜਾ ਜੰਪਿਆ ਸੂਰਮਾ, ਓਏ ਓਏ ਓ ਹੈਲੋ ਗਗਨ, ਮੈਂ ਤੁਹਾਨੂੰ ਕੀ ਕਿਹਾ ਕਿ ਜੇ ਮੈਂ ਖੜ ਗਿਆ ਤੇ ਫਿਰ ਮੈਂ ਖੜ ਗਿਆ, ਕਿ ਜੇ ਮੈਂ ਕਿਸੇ ਖੜ ਕੇ ਤਿਲਕ ਗਿਆ ਫਿਰ, ਉਹ ਵਾਲੀ ਲਾਈਨ ਭਲਾ ਕਿੱਦਾਂ ਸੀਗੀ, ਦੋ ਉਹ ਗੱਲ ਫੇਰ ਉੱਥੇ ਆ ਗਈ ਨਾ ਆਪਣੀ ਵੀਡੀਓ ਵਾਲੀ, ਦੋ ਪਿਆਰ ਕਰਨੇ ਵਾਲੋ ਕੋ ਜਬ ਜਬ ਦਾਦੀ ਮਨਾ, ਸਾਬੀ ਦਾ ਆਂਡਿਆ ਹੁਣ, ਸਾਬੀ ਦਾ ਆਂਡਿਆ, ਦੋ ਪਿਆਰ ਕਰਨੇ ਵਾਲੋ ਕੋ ਜਬ ਜਬ ਦੁਨੀਆ ਤੜਪਾਏਗੀ, ਮੁਹੱਬਤ ਬੜਤੀ ਜਾਏਗੀ, ਛਿੱਤਰਾਂ ਦੀ ਬਾਰਿਸ਼ ਆਏਗੀ, ਆਪਣੀ ਲਾਈਨ ਸੁਣਾ ਦੋ ਫੇਰ, ਕੀ ਲੈਣੀ ਤੁਹਾਡੀ, ਆਪ ਬਣਾਈ ਸੁਰ ਲਾ ਕੇ ਸੁਣਾਇਓ, ਛਿੱਤਰਾਂ ਦੀ ਬਾਰਿਸ਼, ਪਹਿਲਾਂ ਮੈਂ ਆਹੀ ਬੋਲਣਾ ਨਾ ਬੀਬੇ, ਮੈਂ ਵਿਆਹ ਕਰਾਉਣਾ ਐ ਕਰਕੇ, ਫਿਰ ਮੈਂ ਗਾਣਾ ਸੁਣਾਇਆ ਸੀ, ਦੋ ਪਿਆਰ ਕਰਨੇ ਵਾਲੋ ਕੋ ਜਬ ਜਬ ਦੁਨੀਆ ਤੜਪਾਏਗੀ, ਦੋ ਪਿਆਰ ਕਰਨੇ ਵਾਲੇ ਕੋ ਛਿੱਤਰਾਂ ਦੀ ਬਾਰਿਸ਼ ਆਏਗੀ, ਆਪ ਤੇ ਛਿੱਤਰ ਖਾਣੇ ਹੀ ਆ, ਜਿਹੜੀ ਪਿਆਰ ਕਰੇਗੀ ਉਹ ਵੀ ਛਿੱਤਰ ਖਾਏਗੀ, ਪਰ ਮੈਂ ਦੇਖੋ ਮਜ਼ਾਕ ਇੱਕ ਪਾਸੇ, ਠੀਕ ਆ, ਇਹ ਦਿਲ ਚੋਂ ਕੱਢ ਦੋ ਕਿ ਮੈਨੂੰ ਕਿਸੇ ਦਾ ਡਰ ਆ, ਠੀਕ ਆ, ਕਿ ਪਾਪਾ ਆਜੂਗੇ ਤੇ ਐਵੇਂ, ਪਾਪਾ ਅੱਜ ਘਰੇ ਹੈ ਨੀ ਗੇ, ਠੀਕ ਆ, ਹੈਲੋ ਅੱਜ ਘਰੇ ਹੈ ਨੀ ਗੇ, ਤਾਂ ਹੀ ਮੈਂ ਅੱਜ ਇੱਥੇ ਆ ਕੇ ਉੱਚੀ ਬੋਲਣ ਡਿਆ ਵਾ, ਕਿ ਮੈਂ ਕਰੂੰ ਤੇ ਫਿਰ ਕਰੂੰ, ਆ ਜਾਓ ਅੱਜ ਮਾਲਕ ਘਰ ਦਾ ਇਕੱਲਾ ਇੱਥੇ ਆ, ਕਹਿ ਕੇ ਦਿਖਾਵੇ ਮੈਨੂੰ ਅੱਜ ਕੁਛ, ਤੇ ਫਿਰ ਕਾਹਦੇ ਤੋਂ ਇੰਨਾ ਪਾਦਾ ਵਾਂਗੂ ਡਰਦਾ ਵੀ ਅੱਜ ਮਾਲਕ ਘਰ ਦਾ ਮਾਲਕ, ਠੀਕ ਆ, ਤਾਂ ਪਚੌੜੇ ਹੋਣ ਡਏ ਆ, ਦੇਖੋ ਇਹ ਇਹ ਹੁੰਦੀ ਆ ਇੱਕ ਮਤਲਬ ਕਿ ਰਿਸਪੈਕਟ, ਦਿਲ ਵਧੀ ਦੀ ਗੱਲ, ਠੀਕ ਆ, ਦਿਲ ਵਧੀ ਦੀ ਗੱਲ, ਅੱਜ ਪਾਪਾ ਅੱਜ ਪਾਪਾ ਘਰ ਹੈ, ਤੂੰ ਹੱਥ ਕਾਹਦੇ ਹੁਲਾਈ ਜਾਂਦੇ ਯਾਰ, ਹੱਥ ਤੇ ਨਾ ਵਾਰ ਵਾਰ ਤੂੰ ਐ ਕਰਦੇ, ਕਿੱਦਾਂ ਅੱਜ ਪਾਪਾ ਨਹੀਂ ਕਰਦਾ ਪਾਚਾ, ਹੋ ਗਿਆ ਉਦੋਂ ਸੀਗਾ ਮੈਂ ਛੋਟਾ, ਠੀਕ ਆ, ਹੁਣ ਕੀ ਹੋ ਗਿਆ, ਹੁਣ ਮੈਂ ਹੋ ਗਿਆ ਵੱਡਾ, ਨਾ ਤੂੰ ਹੁਣ ਇੱਕ ਦੇ ਦੋ ਬਣ ਗਿਆ ਪਿਆ ਕਰ ਪੋਤਾ ਹੀ, ਅੱਗੇ ਸੀਗਾ ਮੈਂ ਵੱਡਾ, ਹੁਣ ਆ ਟੱਟੀਆਂ ਟੁੱਟੀਆਂ ਹੋਈਆਂ, ਨਹੀਂ ਅੱਗੇ ਹੀ ਵੱਡਾ ਤੂੰ ਹੋ ਗਿਆ ਨਿਕਲ,
ਹੋਣਾ ਮੈਨੂੰ ਇਹ ਗੱਲ ਨਹੀਂ ਕਰਨੀ ਕਿ ਹਾਂ ਵੀ ਤੇਰਾ ਤੈਨੂੰ ਡਰ ਜਾਂਦਾ ਵਾ ਤੂੰ ਜੇ ਹੋ ਜਾਂਦਾ ਤੁਹਾਨੂੰ ਕਿੱਦਾਂ ਲੱਗਦਾ ਕਿ ਮੈਂ ਡਰ ਜਾਂਦਾ ਮੈਨੂੰ ਕਦੇ ਡਰਦੇ ਦੇਖਿਆ ਪਾਪਾ ਹਾਂਜੀ ਹਾਂਜੀ ਹਮੇਸ਼ਾ ਮੈਂ ਖੜਾ ਹੀ ਰਿਹਾ ਹੋਇਆ ਕਿਹਾ ਪਾਪਾ ਇੱਥੇ ਬੈਠਾ ਤੂੰ ਐ ਲੰਘ ਲੱਗਿਆ ਤੇਰੀ ਵਾਰ ਨਹੀਂ ਹੁੰਦਾ ਮਿੰਟੋ ਮਿੰਟ ਹੀ ਬੀਬੀ ਕੋਠੇ ਤੋਂ ਥੱਲੇ ਨਹੀਂ ਨਾ ਉਤਰਦਾ ਕਦੀ ਦੇਖਿਆ ਮੈਨੂੰ ਤੁਸੀਂ ਹਾਂਜੀ ਕਦੋਂ ਕਦੋਂ ਡਰਦੇ ਵੇਖ ਲਿਆ ਜਦੋਂ ਸਮਾਂ ਆਊਗਾ ਮੈਂ ਤੈਨੂੰ ਉਸੇ ਵੇਲੇ ਦੱਸ ਦੂੰਗੀ ਸਮਾਂ ਪਤਾ ਲੱਗ ਜਾਣਾ ਉਦੋਂ ਹੀ ਸਮਾਂ ਚਲੋ ਇੱਕ ਹੁੰਦਾ ਵਾ ਪਰ ਤੁਸੀਂ ਮੈਨੂੰ ਅੱਜ ਤੱਕ ਪਾਪਾ ਕੇ ਡਰਦੇ ਦੇਖਿਆ ਹਮੇਸ਼ਾ ਮੈਂ ਡਟ ਕੇ ਖੜਾ ਹੋਇਆ ਕਿ ਨਹੀਂ ਨੀਵੀਂ ਪਾ ਕੇ ਖੜਾ ਹੋਇਆ ਮੈਂ ਪੂਰਾ ਐ ਖੜਾ ਹੁੰਦਾ ਕਿ ਹਾਂਜੀ ਪਾਪਾ ਦੱਸੋ ਕੀ ਗੱਲ ਐ ਐ ਖੜਾ ਹੁੰਦਾ ਮੈਂ ਨਿੱਕੀ ਹੋ ਜਾਣੀ ਪਿੱਛੋਂ ਦੀ ਜਦੋਂ ਛੋਟੇ ਨੇ ਮੇਰੇ ਕੁੱਟ ਪੈਂਦੀ ਸੀਗੀ ਤੇ ਕਿੱਦਾਂ ਬਚਾਉਂਦੇ ਹੁੰਦੇ ਸੀ ਮੈਨੂੰ ਮੇਰੀ ਮੈਡਮ ਨੇ ਫੋਨ ਕਰ ਦੇਣਾ ਮਗਰੋਂ ਪਤਾ ਲੱਗ ਜਾਣਾ ਉਸ ਤੋਂ ਬਾਅਦ ਮੈਂ ਡਰਦਾ ਹੀ ਅੰਮ੍ਰਿਤਸਰ ਚਲ ਗਿਆ ਦਾਦੀ ਮਾਂ ਯਾਰ ਜਦੋਂ ਅੰਮ੍ਰਿਤਸਰ ਚਲ ਗਿਆ ਹੈਗਾ ਮੈਨੂੰ ਲੱਭਦੇ ਫਿਰਦੇ ਸੀ ਉਦੋਂ ਇੰਨੀ ਕੁੱਟ ਪਈ ਨਾ ਮੈਨੂੰ ਕਦੀ ਮੈਂ ਐਸਪੀ ਦਾ ਫੋਨ ਆ ਗਿਆ ਪਤਾ ਪਤਾ ਪੁਲਿਸ ਇੱਥੇ ਇਕੱਠੀ ਹੋਈ ਫਿਰਦੀ ਉਹ ਰਾਜੇ ਹੁਣੀ ਨਹੀਂ ਸੀ ਜਾਣ ਦੇ ਰਾਜਾ ਸਾਬੀ ਹਨਾ ਉਦੋਂ ਮੁੰਡੇ ਮੇਰੇ ਸਕੂਲ ਵਾਲੇ ਹੁੰਦੇ ਸੀਗੇ ਰੋਬਿਨ ਹੁੰਦਾ ਸੀਗਾ ਕੋਈ ਰੱਜਤ ਹੁੰਦਾ ਸੀਗਾ ਤੇ ਕੋਈ ਛੋਟੇ ਜਿਹੇ ਮਧਰੇ ਕਰਦਾ ਮੁੰਡਾ ਗੋਰਾ ਜਿਹਾ ਆਉਂਦਾ ਹੁੰਦਾ ਸੀਗਾ ਗੌਤਮ ਨਹੀਂ ਨਹੀਂ ਦੋ ਤਿੰਨ ਚਾਰ ਮੁੰਡੇ ਹੁੰਦੇ ਸੀਗੇ ਉਹ ਉਦੋਂ ਘਰੇ ਆ ਕੇ ਬੈਠੇ ਉਹਨਾਂ ਨੂੰ ਚੁੱਕ ਲਿਆ ਸੀ ਪੁਲਿਸ ਜਾ ਕੇ ਕਿ ਦੱਸੋ ਕਿੱਥੇ ਗਿਆ ਤੁਹਾਨੂੰ ਪਤਾ ਕਿੱਦਾਂ ਲੱਗਾ ਸੀ ਭਲਾ ਕਿ ਮੈਂ ਅੰਮ੍ਰਿਤਸਰ ਆ ਹੜਤਾਲ ਪੈ ਗਈ ਮੁੰਡਾ ਨੀ ਆਇਆ ਸੋਨੂ ਦਾ ਮੁੰਡਾ ਗਵਾਚ ਗਿਆ ਵਿੱਚੇ ਕੋਈ ਸਿਆਣੇ ਆਂਦੇ ਕਿਤੇ ਨਹੀਂ ਗਿਆ ਦਰਬਾਰ ਸਾਹਿਬ ਜਾਓ ਉੱਥੋਂ ਲੱਭੂਗਾ ਸਿਆਣਿਆਂ ਨੇ ਦੇਖੋ ਪੂਰੇ ਤੁੱਕਾ ਸਹੀ ਲਾਇਆ ਇਹ ਕਹਿੰਦੇ ਬੀਬੀ ਕਹਿੰਦੇ ਮੁੜ ਕੇ ਉੱਥੇ ਬਾਪੂ ਜੀ ਨਹੀਂ ਗਏ ਸੀ ਜਦੋਂ ਕਹਿੰਦੇ ਆਪ ਹੀ ਜਾ ਕੇ ਫੜ ਲਈ ਬਾਪੂ ਜੀ ਤੁਸੀਂ ਇੱਥੇ ਬੀਬੀ ਮੈਨੂੰ ਹਰ ਸਾਲ ਮੱਸਿਆ ਤੇ ਲੈ ਕੇ ਜਾਂਦੀ ਹੁੰਦੀ ਤੇ ਮੈਨੂੰ ਰਾਹ ਪਤਾ ਸੀਗਾ ਕਿ ਬੱਸ ਸਟੈਂਡ ਤੋਂ ਉਤਰ ਕੇ ਕਿੱਧਰੋਂ ਜਾਣਾ ਵਾ ਮੈਂ ਉਧਰਲੇ ਰਸਤੇ ਤੋਂ ਤੁਰਦਾ ਤੁਰਦਾ ਦਰਬਾਰ ਸਾਹਿਬ ਲੰਗਰ ਖਾਧਾ ਰਾਹ ਨਾਲ ਜਾ ਕੇ ਬਹਿ ਗਿਆ ਲੰਮੇ ਪੈ ਗਿਆ ਉੱਥੇ ਕੋਈ ਹੋਰ ਗਿਆ ਸੀ ਦਰਬਾਰ ਸਾਹਿਬ ਫੇਰ ਇਹਨੇ ਉਹਦੀ ਬਾਂਹ ਫੜ ਲਈ ਨਹੀਂ ਕਰਿਆਨੇ ਆ ਸੀਗੇ ਭੰਡਾਰੀ ਹੋਣੀ ਸਾਰੇ ਕੱਲ ਠੀਕ ਆ ਇੱਧਰੋਂ ਰਿੰਕੂ ਭਾਜੀ ਹੋਣੀ ਸੀਗੇ ਠੀਕ ਆ ਇੱਧਰੋਂ ਬਾਪੂ ਜੀ ਵੀ ਸੀਗੇ ਬਾਪੂ ਜੀ ਮੈਨੂੰ ਦੇਖ ਗਏ ਸੀਗੇ ਮੈਂ ਜਾ ਕੇ ਬਾਂਹ ਫੜ ਕੇ ਤੇ ਉਹ ਕਹਿੰਦੇ ਜਿੱਦਾਂ ਹੀ ਮੈਂ ਬਾਂਹ ਫੜੀ ਉਹ ਨਾਲ ਹੀ ਕਹਿੰਦੇ ਫੋਨ ਕਰਕੇ ਹੈਲੋ ਗਗਨ ਲੱਭ ਗਿਆ ਲੱਭ ਗਿਆ ਮੈਂ ਕਿਹਾ ਬਾਬੇ ਰੋਲਾ ਪੈ ਗਿਆ ਲੱਗਦਾ ਮੇਰੇ ਕੋਲ ਘਰੋਂ ਗਏ ਦਾ ਮੈਂ ਨਾਲ ਹੀ ਉੱਥੇ ਮੁੜ ਕੇ ਆਇਆ ਕਰਨ ਲੱਗ ਪਿਆ ਮੈਨੂੰ ਕਿਸੇ ਨੇ ਕੁਛ ਕਰਤਾ ਲੱਗਦਾ ਮੈਂ ਕਿਹਾ ਪਲੈਨ ਸਕਸੈਸਫੁਲ ਕੀ ਹੋਇਆ ਗਗਨ ਕੀ ਹੋਇਆ ਮੈਂ ਐ ਕਰੀ ਜਾ ਸਮਝ ਹੀ ਲੱਗ ਗੱਡੀ ਮੈਂ ਇੱਥੇ ਕਿੱਦਾਂ ਆ ਗਿਆ ਤੂੰ ਕੁ ਖਾ ਲਿਆ ਤੂੰ ਕੁਛ ਖਾ ਲਿਆ ਮੈਂ ਕਿਹਾ ਕਿਸੇ ਨੇ ਕੁਛ ਖਵਾਇਆ ਐ ਕਰੀ ਗਿਆ ਮੁੜ ਕੇ ਮੈਨੂੰ ਬਾਹਰ ਚੁੱਕ ਚੁੱਕ ਕੇ ਗੱਡੀ ਗੁੱਡੀ 'ਚ ਬਿਠਾਇਆ ਤੇ ਮੈਂ ਕੂਆ ਹੀ ਨਾ ਚੁੱਪ ਕਰਕੇ ਮੈਂ ਬੈਠਾ ਰਿਹਾ ਉਹ ਮੈਨੂੰ ਕਹਿ ਰਹੇ ਕਿਸੇ ਨੇ ਕੁਛ ਕਰਤਾ ਵਾ ਮੈਂ ਕਿਹਾ ਘਰੇ ਜਾ ਕੇ ਕਹੂੰਗਾ ਮੈਨੂੰ ਕਿਸੇ ਨੇ ਕੁਛ ਕਰਤਾ ਸੀਗਾ ਘਰੇ ਜਾ ਕੇ ਪਈਆਂ ਫੇਰ ਨਹੀਂ ਉਹ ਦਿਨ ਗਿਆ ਅੱਜ ਦਾ ਦਿਨ ਆਇਆ ਮੈਨੂੰ ਕਦੀ ਕੁੱਟ ਨਹੀਂ ਪਈ 2013 ਤੋਂ ਬਾਅਦ 2024 ਤੱਕ ਮੈਨੂੰ ਕਦੀ ਮਤਲਬ ਕਿ ਤੁਸੀਂ ਖੁੱਲਾ ਛੱਡ ਦਿੱਤਾ ਵੀ ਨਹੀਂ ਪੜ੍ਹਨਾ ਤੇ ਨਾ ਪੜ੍ਹ ਸਾਡਾ ਕੀ ਮਤਲਬ ਕਿ ਬੀਬੀ ਇਹ ਨਹੀਂ ਕਰੋ ਦੇਖੋ ਤੁਸੀਂ ਜਾ ਨਹੀਂ ਸਕਦੇ ਕਿਤੇ ਘਰੋ ਇਹ ਤੇ ਮੈਂ ਸੋਚਿਆ ਹੀ ਨਾ ਕਿ ਘਰੋਂ ਜਾਣ ਦਾ ਮਸਲੇ ਦਾ ਹੱਲ ਹੋ ਜਾਊਗਾ ਉਹ ਤੇ ਮੇਰੇ ਘਰਦਿਆਂ ਨੇ ਛੱਡਤਾ ਛੱਡ ਵੀ ਕੀ ਦਿੱਤਾ ਹੈਗਾ
ਛਿੱਤਰ ਤਾਂ ਮੇਰੇ ਬਹੁਤ ਕਰਨਾ ਹੈਗਾ, ਲੋਕਾਂ ਨੇ ਬਚਾ ਲਿਆ। ਇਹਨੇ ਪਤਾ ਕੀ ਕੀਤਾ, ਜਵਾਨ ਨੇ ਵਿੱਚ ਇੱਕ ਨਾ ਹੋਰ ਸੂਟ ਪਾਇਆ ਝੋਲੇ ਚ। ਨਿਗਾਇਆ 13 ਸਾਲਾਂ ਦਾ ਸੀ ਯਾਰ, ਜਦੋਂ ਮੈਂ ਇਕੱਲਾ ਹੀ ਦਰਬਾਰ ਸਾਹਿਬ ਬੱਸੇ ਬਹਿ ਕੇ ਚਲ ਗਿਆ। ਉਸ ਤੋਂ ਬਾਅਦ ਫਿਰ ਉਦੋਂ ਆਪਾਂ ਤਰੀਕਾਂ ਤੇ ਜਾਂਦੇ ਹੁੰਦੇ ਸੀਗੇ, ਤੁਸੀਂ ਨਾਲ ਜਾਂਦੇ ਰਹੇ ਨਾ ਮੇਰੇ, ਉਦੋਂ ਤਰੀਕਾਂ ਤੇ ਵੀ ਜਾਂਦੇ ਹੁੰਦੇ ਕਚਹਿਰੀਆਂ ਆਪਾਂ ਜਦੋਂ ਜੱਜ ਮੂਹਰੇ ਪੇਸ਼ ਕਰਦੇ। ਦੇਖੋ ਭਰਾ 13 ਸਾਲਾਂ ਦੀ ਉਮਰ ਚ ਤਰੀਕਾ ਭੁਗਤਦਾ ਰਿਹਾ ਮੈਂ। ਪਿਓ ਨੇ 76 ਫੇਰਨਾ ਫਿਰ ਇਹਨੂੰ। ਪਿੱਛੇ ਨੂੰ ਘੁਮਾ ਯਾਰ ਰਿਮੋਟ, ਕਾਹਦਾ ਪੈਕਟ ਆ ਦੇਤਾ ਯਾਰ, ਕਾਹਦਾ ਪੈਕਟ ਚਿੱਟਾ ਹੁੰਦਾ ਵਾ। ਤੇਰਾ ਵੀ ਦਿਮਾਗ ਮੈਂ ਲਾਇਆ ਸਾਹਿਬ, ਨਹੀਂ ਲੱਗਣ ਡਿਆ ਨਾ ਪਿੱਛੋਂ ਆ, ਵਿਆਹ ਤੋਂ ਪਹਿਲੇ ਬੇੜਾ ਗਰਕ ਹੋਇਆ ਪਿਆ। ਹਲੋ ਹਲੋ, ਉਹ ਮੇਰੀ ਗੱਲ ਸੁਣ, ਉਹ ਹਲੋ ਐਸਡੀਓ ਸਾਹਿਬ ਦਾ ਫੋਨ ਖੁਦ ਆ ਰਿਹਾ। ਲੋ ਵੀ ਹੁਣ ਮੈਂ ਡਰਦਾ ਵਾ, ਸਾਢੇ 9 ਹੋਏ ਆ ਉਸੇ ਵੇਲੇ, ਫਿਰ ਮੈਂ ਡਰ ਗਿਆ। ਹੁਣ ਮੈਂ ਘਰ ਦਾ ਮਾਲਕ ਨਹੀਂ ਰਿਹਾ, ਸੋਰੀ ਬੀਬੀ, ਜੋ ਵੀ ਮੈਂ ਕਹਿਤਾ ਸੀ ਉਹਦੇ ਵਾਸਤੇ ਮਾਫੀ। ਕੋਈ ਨੀ, ਵਲੌਗ ਬਣ ਗਿਆ, ਉਹਨਾਂ ਨੂੰ ਕੋਈ ਗੱਲ ਨੀ ਦੱਸੋਗੀ ਤੁਸੀਂ ਬੀਬੀ? ਸਾਰਾ ਕੁਝ ਦੱਸਣਾ ਮੇਰੇ ਗੁੱਸੇ ਦਾ, ਤੁਸੀਂ ਨਾ ਅੰਦਾਜ਼ਾ ਨੀ ਲਾ ਸਕਦੇ। ਬੀਬੀ ਕੋਈ ਗੱਲ ਨੀ, ਮੇਰੀ ਗੱਲ ਸੁਣੋ, ਮੈਨੂੰ ਤੇਰੇ ਗੁੱਸੇ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੋਣਾ। ਬਸ ਬੀਬੀ, ਗੁੱਸਾ ਕਰ ਹੀ ਨੀ ਸਕਦਾ ਬੀਬੀ। ਉਹ ਤੋਂ ਕਰਨ ਡਿਆ ਵਾ, ਥੱਲੋ ਦੀ ਨਿਕਲ ਗਈ ਆ ਜਦੋਂ ਦਾ ਫੋਨ ਆਇਆ ਵਾ। ਓਏ ਐਸ ਪੀ ਦਾ ਦਰਵਾਜ਼ਾ ਚੇਤਾ ਨਾ ਫਿਰ, ਜਦੋਂ ਮੈਨੂੰ ਗੁੱਸਾ ਆਇਆ ਸੀ ਕਾਹਦੇ ਲਈ, ਚੇਤਾ ਨਾ ਫਿਰ ਮੈਨੂੰ ਲੱਗਾ ਤਾਂ ਗੁੱਸਾ ਚੇਤਾ ਆਉਣਾ। ਸਾਰੇ ਟੱਬਰ ਨੂੰ ਫੇਰਿਆ ਦਰਵਾਜ਼ੇ ਬਾਰੇ, ਐਸ ਪੀ ਦਾ ਫੋਨ ਆਇਆ, ਲਵਾਇਆ ਵਾਹੀ ਨੇ ਦਰਵਾਜ਼ਾ, ਦਰਵਾਜ਼ੇ ਨੇ ਕੀ ਹੋਇਆ ਵੇ, ਕੁਛ ਨਹੀਂ ਹੋਇਆ ਦਰਵਾਜ਼ਾ। ਕੱਲ ਮੰਮਾ ਨੇ ਦਰਵਾਜ਼ਾ ਤੋੜਦੇ ਤੇ ਉਹ ਪਾਇਆ ਸੀ, ਮੰਮਾ ਨੇ ਮੇਰੇ ਕਰਛੀ ਮਾਰੀ, ਮੈਂ ਛਾਲ ਮਾਰੀ, ਉਹ ਠੱਪਾ ਖਾ ਕੇ ਤੇ ਸ਼ੀਸ਼ਾ ਟੁੱਟ ਗਿਆ ਸਾਰੇ। ਕਈ ਦਿਨ ਉੱਤੇ ਤੌਲੀਆ ਪਾਉਂਦਾ, ਐਸ ਪੀ ਦਾ ਫੋਨ ਆਣ ਡਿਆ ਓਏ, ਉਹਦਾ ਡਿਜ਼ਾਈਨ ਹੋਰ ਸੀਗਾ, ਉਹਦਾ ਲੱਕੜ ਦਾ ਦਰਵਾਜ਼ਾ ਹੀ ਉਹਦੇ ਤੇ, ਕਿੰਨਾ ਚਿਰ ਤੌਲੀਆ ਪਾ ਦੇ, ਤੌਲੀਆ ਪਾ ਜਿਹੜਾ ਘਰੇ ਪਤਾ ਨਾ ਚੱਲੇ, ਇੱਕ ਵਾਰੀ ਫਿਰ ਮੈਂ ਤੋੜਿਆ ਏ। ਤਿਆਰੀ ਪੂਰੀ ਹੋ ਗਈ ਹੈ, ਬਸ ਨਿਕਲਣ ਲੱਗੇ ਆ। ਓ ਬਾਬੇ ਉਹ ਤਲ ਪਏ ਆ, ਤਲ ਪਏ ਗਏ ਨਾ। ਹਾਂਜੀ ਵਾਹਿਗੁਰੂ ਜੀ, ਕੋਈ ਕੁਛ ਦੱਸੋ ਕਿੱਥੇ ਜਾ ਰਹੀ ਯਾਤਰਾ? ਹੋਲੇ ਮਹੱਲੇ 2024 ਹੋਏ ਨਿਸ਼ਾਨ ਸਾਹਿਬ ਲਾਉਣੇ ਆਪਾਂ, ਬੁਲਟ ਦੇ ਸਲੰਸਰਾਂ ਨੂੰ ਬੜਾ ਟਾਈਮ ਲੱਗ ਗਿਆ, ਆਪਾਂ ਪਹਿਲਾਂ ਇਹ ਮਾਰਦੇ ਨੇ ਪਟਾਕੇ, ਪਟਾਕੇ ਵਾਲਾ ਕਢਾਇਆ ਵਾ, ਬਸ ਚੈੱਕ ਕਰਾ ਲਓ ਬੰਦ ਕਰ ਮਾੜੀ ਜੀ, ਤੇਰੀ ਆਵਾਜ਼ ਵੀ ਸੁਣੀ ਚਾਹੀਦੀ ਆ। ਪਟਾਕੇ ਹਰ 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 ਆਪਾਂ ਚੱਲੇ ਨਾਰਮਲ, ਅਰਜੈਂਟ ਕਾਲ ਆ ਗਈ, ਫੋਨ ਹੀ ਬਹੁਤ ਆਉਂਦੇ, ਕਦੇ ਉਧਰ ਹੀ ਚੈੱਕ ਕਰੋ ਫਿਰ ਰਾਜੇ ਵਾਲਾ, ਰਾਜੇ ਦਾ ਹੁਣ ਨਿਸ਼ਾਨ ਸਾਹਿਬ ਲਾਉਣਾ ਜਵਾਲਿਆ ਜਗਾੜਿਆ ਪਟਾਕਾ ਨਹੀਂ ਮਾਰਦਾ, ਨੋਰਮਲ ਖੜੇ ਆ, ਪਟਾਕਿਆਂ ਵਾਲਾ ਬੁਲਟ ਨਹੀਂ ਖੜਨਾ, ਉੱਦਾਂ ਇਹਦੀ ਆਵਾਜ਼ ਬਹੁਤ ਜ਼ਿਆਦਾ, ਪਰ ਆਪਾਂ ਇਹਨੂੰ
ਪਿੱਛੋਂ ਦੂਰੋਂ ਕਹਿ ਮਾਮਾ ਪਿੱਛੇ ਨਜ਼ਰ ਪੱਟੂ ਵੀ ਜ਼ਰੂਰੀ ਰਾਜਾ ਤੇਰੇ ਨਾਲ ਜ਼ਿਆਦਾ ਸੋਹਣਾ ਲੱਗਣ ਡਿਆ ਪਰ ਉੱਦਾਂ ਰੁਕਦੇ ਰੁਕ ਜਾਣਾ ਖਾ ਪੀ ਕੇ ਅਸੀਂ ਹੌਲੀ ਹੌਲੀ ਜਾਣਾ ਅਜੇ ਟਿੱਕਿਆਂ ਲੰਗਰ ਲੱਗਾ ਹੋਵੇ ਬਸ ਰਾਜੇ ਨੇ ਆ ਕਹਿੰਦਾ ਉੱਲੂ ਵਾਲੀ ਲਿੱਟਾਂ ਲਵਾਉਣੀਆਂ ਮੈਂ ਅਰੇ ਬੰਦ ਕਰੀ ਮਾੜੀ ਆ ਰਾਜਾ ਨਿਆਣੇ ਆ ਰਾਜੇ ਤੂੰ ਸਪੈਸ਼ਲ ਲਵਾ ਕੇ ਆਏ ਖੱਟੀ ਚਲੋ ਬਾਕੀ ਮਿਲਦੇ ਅੱਗੇ ਜਾ ਕੇ ਬਾਕੀ ਤੁਹਾਨੂੰ ਜਾ ਕੇ ਗੱਲਬਾਤ ਕਰਾਂਗੇ ਰਾਮ ਨਾਲ ਰਾਜ ਵੀ ਕਰਾਂਗੇ ਚਲੋ ਹੌਲੀ ਹੌਲੀ ਜਾਣ ਦਿਓ ਨਹੀਂ ਗੜ ਸਿੰਘ ਥੱਲੋ ਇਧਰੋਂ ਲੈਟਾ ਪੈਣ ਦੀ ਪੁਰਾਣਾ ਨਿਸ਼ਾਨ ਚਿੰਨ ਸੀ ਨਾ ਮੈਨੂੰ ਮੁੜੇ ਵਾਲਾ ਉਹਨੂੰ ਫੜਾ ਦੇ ਭਰਾਵਾ ਹੁਣੇ ਉਧਰ ਠੋਕਣਾ ਪੈਣ ਡਿਆ ਉਹਨੂੰ ਦੇਖ ਟੇਪ ਉਹਨੂੰ ਵੀ ਹਾਂ ਉਹਦੇ ਪਿੱਛੇ ਜਾਣਾ ਹੈ ਲਓ ਜੀ ਸੰਗਤਾਂ ਜਾ ਰਹੀਆਂ ਨਿਸ਼ਾਨ ਸਾਹਿਬ ਲਾ ਲਏ ਹੁਣ ਹੁਣ ਜਾ ਰਹੀ ਕੀ ਹੋ ਗਿਆ ਆਵਾਜ਼ ਨਹੀਂ ਆਉਣੀ ਤੁਹਾਨੂੰ ਆਵਾਜ਼ ਨਹੀਂ ਆਉਂਦੀ ਹੋਣੀ ਸ਼ਾਇਦ ਹੀ ਆਉਂਦੀ ਹੋਵੇ ਹਵਾ ਜ਼ਿਆਦਾ ਆਉਣ ਡੀ ਹੋਣੀ ਆ ਬਾਕੀ ਪਤਾ ਨਹੀਂ ਮੈਂ ਬੋਲਣਾ ਕੱਢਿਆ ਵਾ ਪਰ ਬਾਕੀ ਪਤਾ ਨਹੀਂ ਇਹ ਆਵਾਜ਼ ਆਉਂਦੀ ਹੈ ਤੇ ਕਹੋ ਆਵਾਜ਼ ਆਉਂਦੀ ਹੈ ਮੇਰੀ ਆਵਾਜ਼ ਪਤਾ ਨਹੀਂ ਆਉਣ ਡੀ ਕਿ ਨਹੀਂ ਲੋਕੋ ਮੇਰੀ ਆਵਾਜ਼ ਆਉਣ ਡੀ ਲੈ ਖੁਸ਼ ਨਹੀਂ ਸਮਾਈਲਾਂ ਕਾਹਦੀਆਂ ਆਉਣ ਡੀਆਂ ਖੁਸ਼ੀਆਂ ਕਾਹਦੀਆਂ ਚੜੀਆਂ ਮੇਰੇ ਵੀਰ ਨੂੰ ਖੁਸ਼ੀਆਂ ਕਾਹਦੀਆਂ ਚੜੀਆਂ ਮੇਰੇ ਵੀਰ ਨੂੰ ਲੋਏ ਲੰਗਰ ਸਕ ਲਿਆ ਮੁੰਡਿਆਂ ਨੇ ਕੜੀ ਚੋਲ ਭਾਜੀ ਕੜੀ ਚੋਲ ਕੜੀ ਚੋਲ ਦਾ ਕੜੀ ਚੋਲ ਕਹੀ ਦਾ ਮੈਨੂੰ ਕੜੀ ਚੋਲ ਮੁੰਡੇ ਦੇ ਫੇਵਰੇਟ ਆ ਕਿੱਦਾਂ ਕੋ ਹੋਣ ਲੱਗ ਪੈਂਦਾ ਭਾਈ ਕੜੀ ਭੇਜੋ ਮੁੰਡੇ ਨੂੰ ਕੜੀ ਬਾਬਾ ਜੀ ਦੇ ਆ ਚਾਹ ਪੀ ਕੇ ਤਾਂ ਮੈਂ ਚੱਲੀ ਗਈ ਸਾਰਾ ਬਾਟਾ ਭਰਾ ਲਿਆ ਮੁੰਡੇ ਸੁੱਕਣਾ ਚਾਹ ਵੀ ਮਾਈ ਫੇਵਰੇਟ ਤੇ ਚਲੋ ਫੇਰ ਦੇਖਦੇ ਆ ਕਿ ਸਾਡਾ ਟਿੱਕਿਆ ਲੰਗਰ ਨਹੀਂ ਮਿਲਿਆ ਸਾਨੂੰ ਅਜੇ ਜਿਉ ਮਿਲ ਹਰ ਵਾਰੀ ਗਾਈਦਾ ਉਹ ਦੱਬ ਲੰਗਰ ਛਕ ਲਿਆ ਵਾ ਆਪਾਂ ਚੱਲੇ ਘਰੇ ਮੂੰਗਰੇ ਵਾਲੇ ਦਹੀਂ ਨਾਲ ਗਿਰੀਆਂ ਵਾਲੇ ਚੌਲ ਲੂਣ ਵਾਲੇ ਚੌਲ ਪ੍ਰਸ਼ਾਦਾ ਗਰਮਾ ਗਰਮ ਪੂਤਨੇ ਵਾਲੇ ਹੁਣ ਆਪਾਂ ਚੱਲੇ ਘਰ ਘਰ ਜਾ ਕੇ ਅੱਗੇ ਮਿਲਾਉਂਦੇ ਕੱਢ ਪਰੇ ਕਰ ਲੈ ਡੰਡਾ ਤੂੰ ਲੋ ਜੀ ਘਰੇ ਆ ਗਏ ਪਹਿਲੇ ਛਿਪਕਲੀ ਭਜਾਉਣ ਦੇ ਇੱਕ ਛਿਪਕਲੀ ਕੀ ਅੰਦਰ ਕਿੰਨਾ ਦੇ
ਤੁਸੀਂ ਮਾਰ ਦੇਣੀ ਗਰੀਬੜੀ ਉਹ ਭਰਾਵਾ ਬਾਹਰ ਜਾ ਬਾਹਰ ਜਾ ਬਾਹਰ ਜਾ ਬਾਹਰ ਜਾ ਦੇਖ ਲੋ ਦਲੇਰ ਬੰਦੇ ਦੇਖ ਲੋ ਸਾਡੇ ਸਾਡੇ ਦਲੇਰ ਬੰਦੇ ਦੇਖ ਲੋ ਰਾਜੇ ਤੇਰੇ ਕੀ ਓਦਾਂ ਤੇਰੇ ਰਾਜੇ ਤੂੰ ਅੱਖਾਂ ਸ਼ਿਪਕਲੀ ਵਰਗੀਆਂ ਲੱਗ ਗਿਆ ਏਦਾਂ ਏਦਾਂ ਦੇਖੀ ਜਾਈ ਏਦਾਂ ਦੇਖੀ ਜਾਈ ਏਦਾਂ ਹੀ ਆਹ ਦੇਖੋ ਰਾਜਾ ਸ਼ਿਪਕਲੀ ਲੱਗਦਾ ਹੀ ਪੂਰਾ ਤੂੰ ਕੀ ਲੱਗਦਾ ਵੇ ਕੱਛੂ ਕੰਮਾ ਜਿਹਾ ਇੱਕ ਵਾਰੀ ਨਿਕੰਮਾ ਪਰ ਉਹ ਟਾਈਮ ਬਹੁਤ ਵਧੀਆ ਸੀਗਾ ਕਈ ਵਾਰੀ ਆਪਾਂ ਬਾਹਰ ਵੀ ਉੱਥੇ ਟਾਈਮ ਕੱਟਿਆ ਵਾ ਬਹਿ ਬਹਿ ਕੇ ਮੰਜਿਆਂ ਤੇ ਠੰਡ ਚ ਮਿਸ ਓਲਡ ਡੇਸ ਓਕੇ ਮਿਲਦੇ ਹਾਂ ਸਵੇਰੇ ਤੁਹਾਨੂੰ ਆਪਾਂ ਸਵੇਰੇ ਸਭ ਤੋਂ ਪਹਿਲਾਂ ਕਿੱਥੇ ਜਾਣਾ ਸਵੇਰੇ ਜਾਵਾਂਗੇ ਕੇਸਗੜ੍ਹ ਸਾਹਿਬ ਸੋਰੀ ਵਲੋਗ ਬਣਿਆ ਨੀ ਚਾਹ ਪੀਣ ਲੱਗੇ ਮੈਂ ਉਹਦੇ ਬਣਾਈ ਜਾਣ ਡਿਆ ਘੰਟਾ ਹੋ ਗਿਆ ਫਿਰ ਇੱਥੇ ਆ ਜਾ ਇੱਥੇ ਆ ਅੰਦਰ ਆ ਜਾ ਫਿਰ ਅੰਦਰ ਆ ਅੰਦਰ ਆ ਬਾਹਰ ਨਹੀਂ ਜਾਣਾ ਸਾਰਾ ਕੁਝ ਦੁਬਾਰਾ ਕਹਿਣਾ ਪੈਣਾ ਲੋ ਜੀ ਮੋਰਨਿੰਗ ਹੋ ਗਈ ਹੈ ਤੇ ਚਾਹ ਪੀਣ ਲੱਗੇ ਆ ਭਾਜੀ ਹੁਣੀ ਹੋਏ ਉੱਠੇ ਆ ਕਾਕੇ ਵੀ ਆ ਗਏ ਆ ਉਹਨੇ ਗਗਨ ਲਾ ਕੇ ਆਉਣਾ ਆ ਜਾ ਗਗਨ ਭਾਈ ਲਾ ਕੇ ਆ ਜਾ ਪਕੌੜੇ ਬਿਸਕੁਟ ਤੇ ਚਾਹ ਪੀ ਰਹੇ ਆ ਇੱਧਰ ਆ ਜਾ ਜੀ ਦੇਖੀ ਰਹੀ ਪਿੱਛੋਂ ਧੁੱਪ ਆ ਰਹੀ ਹੈ ਹੁਣ ਦਿਖਿਆ ਜੀ ਔਰ ਅੱਖਾਂ ਦੇ ਨਹਾ ਵੀ ਲਿਆ ਮਾਮਾ ਮੈਂ ਨਹਾ ਲਿਆ ਚਲੋ ਮਿਲਦੇ ਹਾਂ ਪਕੌੜੇ ਪਕੁੜੇ ਖਾ ਕੇ ਦੱਸ ਦਿੱਤੀ ਫਿਰ ਮਿਲਦੇ ਹਾਂ ਔਰ ਗਿਆ ਕੀਰਤਪੁਰ ਸਾਹਿਬ ਕਰੋ ਦਰਸ਼ਨ ਜਾਵੇ ਬੁਲਟ ਦਾ ਲੰਗਰ ਦੀ ਸੇਵਾ ਚੱਲ ਰਹੀ ਹੈ ਲਓ ਬਾਬੇ ਪਹੁੰਚ ਗਏ ਕੀਰਤਪੁਰ ਸਾਹਿਬ ਸਾਡਾ ਪਹਿਲਾ ਸਟੇਅ ਹੁਣ ਇੱਥੇ ਆ ਬਾਅਦ 'ਚੋਂ ਜਾਵਾਂਗੇ ਬਾਬਾ ਬੁੱਢਨ ਸ਼ਾਹ ਅਤੇ ਬਾਬਾ ਗੁਰਦਿੱਤਾ ਜੀ ਦੇ ਕੀ ਹੋ ਗਿਆ ਗੇਅਰ ਅੜ ਗਏ ਬਾਈ ਜੀ ਯਾਰ ਕੀ ਤੇਲ ਨਹੀਂ ਪਵਾਇਆ ਆਪਾਂ ਹਜੇ ਤੱਕ ਤੇਲ ਪਵਾਇਆ ਆਹੋ ਤੇਲ ਪਾਉਣਾ ਤੇਲ ਦਾ ਚੇਤਾ ਨਹੀਂ ਰਿਹਾ ਤੇਲ ਦਾ ਫੇਰ ਨਹੀਂ ਚੇਤਾ ਰਿਹਾ ਇਹਨੂੰ ਤਾਂ ਧੱਕਾ ਵੀ ਨਹੀਂ ਲੱਗਣਾ ਇਹਨੂੰ ਤਾਂ ਲੱਤ ਵੀ ਮਹਾਂ ਲੱਗਣੀ ਮੁੜ ਕੇ ਚੈੱਕ ਕਰੋ ਬਾਬਿਓ ਸੰਗਤ ਸੰਗਤ
ਕਰੋ ਦਰਸ਼ਨ ਕੇਸਗੜ੍ਹ। ਕੇਸਗੜ੍ਹ ਸਾਹਿਬ ਬਾਅਦ 'ਚ ਜਾਂਦੇ ਹਾਂ, ਸਾਬੀ ਹੋਣਾ ਨੂੰ ਡੀਕ ਲਈਏ, ਸਾਬੀ ਹੋਣਾ ਡੀਕ ਲਈਏ, ਉਹ ਥੋੜ੍ਹਾ ਪਿੱਛੇ ਰਹਿ ਗਏ ਸੀਗੇ ਅਤੇ ਅਸੀਂ ਨਿਕਲ ਆਏ ਸੀ ਅੱਗੇ। ਫਿਰ ਉਸ ਤੋਂ ਬਾਅਦ ਜਾਵਾਂਗੇ ਬਾਬੇ ਬੁੱਢਣ ਸ਼ਾਹ, ਫਿਰ ਆਵਾਂਗੇ ਕੇਸਗੜ੍ਹ ਸਾਹਿਬ। ਕੱਲ੍ਹ ਨੂੰ ਜਾਵਾਂਗੇ ਆਪਾਂ, ਕੱਲ ਨੂੰ ਜਾਣਾ ਆਪਾਂ ਗੁਰੂ ਕੇ ਲਾਹੌਰ, ਸੇਹਰਾ ਸਾਹਿਬ, ਸੇਹਰਾ ਸਾਹਿਬ ਤੇ ਬਪੌਰ ਸਾਹਿਬ। ਬਾਕੀ ਰਸਤੇ 'ਚ ਦੋ ਗੁਰਦੁਆਰੇ ਹੋਰ, ਬਾਕੀ ਰਸਤੇ ਜਿਹੜੇ ਹੈਗੇ ਆ ਉਹ ਸਾਰੇ ਕੱਲ ਦਰਸ਼ਨ ਕਰਕੇ ਫਿਰ ਫ੍ਰੀ ਆਪਾਂ ਕਰ ਉਹਨਾਂ ਨੂੰ ਫੋਨ। ਚਲੋ ਚੱਲੀਏ ਫਿਰ ਆਪਣੇ ਵੱਲੋਂ, ਆਪਾਂ ਹੁਸ਼ਿਆਰੀ ਵਰਤੀ ਆ, ਇੱਕ ਬੂਟ ਲਾਇਆ ਇੱਥੇ, ਇਹ ਚੋਰੀ ਨਾ ਹੋ ਜਾਣ, ਬੂਟਾਂ ਦੀ ਨਿੰਜਾ ਟੈਕਨੀਕ ਆ। ਇੱਕ ਬੂਟ ਇੱਥੇ ਲਾਓ, ਇੱਕ ਬੂਟ ਉਹ ਇੱਕ ਚੱਪਲ ਆਹ ਲਾਈ ਆ, ਇੱਕ ਉਹ ਚੱਪਲਾਂ ਦੇ ਵਿੱਚ ਲਾਈ ਆ ਉਹਨਾਂ ਦੇ, ਕਿਸੇ ਦੇ ਤਾਂ ਮਤਲਬ ਤੁਹਾਡੇ ਫੋਨ ਸੁਰੱਖਿਅਤ ਰਹਿਣਗੇ ਜੇ ਤੁਸੀਂ ਹਨਾ ਜੋੜੇ ਘਰ ਦੇ, ਜੇ ਵਾਲੀ ਗੱਲ ਆ ਤੇ ਬੰਦਰਾ ਲਾ ਲਓ ਚੱਪਲ ਦੀ। ਠੀਕ ਆ, ਹੁਣ ਆਪਾਂ ਇੱਕ ਬੂਟ ਇੱਥੇ ਲਾਤਾ, ਇੱਕ ਉਹ ਉੱਥੇ ਲਾਇਆ, ਹੁਣ ਕਿਸੇ ਦੇ ਕੰਮ ਨਹੀਂ ਹੋਣਾ, ਸਾਨੂੰ ਵੀ ਪਤਾ ਵਾ ਕਿ ਲੋਕ ਕਿੱਦਾਂ ਬੁਲਣਾ ਵਾ। ਆ ਜਾਓ ਵੀ ਤੁਹਾਨੂੰ ਦਰਸ਼ਨ ਕਰਾਈਏ ਹੁਣ ਕੀਰਤਪੁਰ ਸਾਹਿਬ ਦੇ। ਸਾਹਿਬ ਆਪਾਂ ਆ ਗਏ ਹਾਂ ਪਹਿਲੇ ਗੁਰਦੁਆਰੇ ਦਰਸ਼ਨ ਕਰਨ। ਬਾਬੇ ਗੁਰਦਿੱਤਿਆ ਜੀ ਦੇ ਚੱਲੇ ਹਾਂ, ਓਵਰ ਰਸ਼ ਸੀਗਾ ਤਾਂ ਕਰਕੇ ਹੁਣ ਮੋਟਰਸਾਈਕਲ ਬਾਈਕ ਪਿੱਛੇ ਲਾ ਤੇ ਹੁਣ ਤੁਰ ਕੇ ਚੱਲੇ ਹਾਂ, ਪੈਦਲ ਯਾਤਰਾ ਹੋਊਗੀ। ਰਸ਼ ਬਹੁਤ ਹੋ ਜਾਂਦਾ ਨਾ ਮੇਲੇ ਦੇ ਕਰਕੇ, ਤਾਂ ਕਰਕੇ ਫਿਰ ਗੱਡੀ ਵਾਲੇ ਤਾਂ ਜਾ ਹੀ ਨਹੀਂ ਸਕਦੇ, ਕਿੱਦਾਂ ਫਸੇ ਪਏ ਵਿਚਾਰੇ। ਮੋਟਰਸਾਈਕਲ ਵਾਲੇ ਫਿਰ ਵੀ ਇੱਧਰ ਉੱਧਰ ਹੋ ਜਾਂਦੇ ਆ। ਪਹਿਲਾਂ ਬਾਬਾ ਗੁਰਦਿੱਤਾ ਜੀ ਤੋਂ ਪਹਿਲਾਂ ਬਾਬਾ ਬੁੱਢਣ ਸ਼ਾਹੀ ਦੇ ਚੱਲੇ ਹਾਂ ਦਰਸ਼ਨ ਕਰਨ, ਫਿਰ ਬਾਅਦ 'ਚ ਬਾਬਾ ਗੁਰਦਿੱਤਾ ਜੀ ਜਾਣਾ ਉਹ ਪਰਲੇ ਪਾਸੇ ਆ। ਕਿਉਂਕਿ ਬੱਸ ਹੋ ਗਈ, ਇਹਦੀ ਬੱਸ ਹੋ ਗਈ, ਮੇਰੀ ਨਹੀਂ ਹੋਈ, ਇਹਦੀ ਬੱਸ ਹੋ ਗਈ ਆ। ਉਹਨੂੰ ਸਹਾਰਾ ਲੈ ਆਉਂਦੇ, ਉਹ ਆਪ ਮਰਿਆ ਪਿਆ ਜੀ, ਲੈ ਕੇ ਜਾਓ। ਓਏ ਖਤਮ ਨਹੀਂ, ਪਹੁੰਚ ਗਿਆ ਪਹੁੰਚ ਗਿਆ, ਬਸ 30 ਮਿੰਟਸ ਲੈਫਟ। ਮੈਂਟ ਕੋਟਣਾ ਗੈਸ ਘੰਟਾ ਦੀ ਗੱਲ ਆ ਗਈ। ਚਲੋ 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 ਲੈ, ਮਗਰ ਇਹਨੂੰ ਕਹਿ ਕਰੀ ਫਿਰ ਜਾ ਕੇ ਆਈਏ। ਓ ਯਾਰ ਨਾ ਕਰੋ, ਓਏ ਓਏ ਹੀ ਲੱਗੇ, ਮੈਂ ਆਰਾਮ ਨਾਲ ਤੁਰਨ ਡਿਆ, ਅੱਡਾ ਚ ਪਿਲਾ ਪਵਾਉਣ ਲੱਗਾ ਸੀ। ਇੱਧਰ ਨਾ ਡਿੱਗ ਜੀ, ਉੱਧਰ ਨਾ ਚੱਲ ਜੀ, ਫਾਈਨਲੀ
ਬਾਬੇ ਬੁੱਢੜ ਸ਼ਾਹੀ ਦੇ ਦਰਸ਼ਨ। ਬੈਠਾ ਬਾਹਰ ਜੋੜਿਆਂ ਦੀ ਰਾਖੀ ਤੇ ਬੈਠਾ
ਰਾਜਨ ਲਾਈਆਂ ਉਹ ਠੀਕ ਹੈ ਸੋਹਣਾ ਲੱਗਣ ਰਾਤ ਨੂੰ ਵੀ ਪਾ ਸਕਦਾ ਤੂੰ ਰਾਤ ਨੂੰ ਵੀ ਪਾ ਸਕਦਾ ਐਨਕ ਪਿੱਛੇ ਉਹ ਇੱਧਰ ਵੀ ਡਾਕਟਰ ਸਟੇਜ ਆ ਗਏ ਮੈਂ ਕਿਹੜੀਆਂ ਲਵਾਂ ਇਹ ਚੰਕਰ ਲੱਗਣ ਨੇ ਸਹੀ ਆ ਮਿੱਟੀ ਪਈ ਪਰ ਵਿਊ ਕਿੰਨਾ ਵਧੀਆ ਪਿੱਛੇ ਨਾ ਡੇੜ ਜੀ ਨਾਂਗਣਾ ਦੇਣੇ ਪਿੱਛੋਂ ਉਹ ਦੇ ਉਹਦੇ 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 ਸੋਹਣੀਆਂ ਸੋਹਣੀਆਂ ਮੈਂ ਡੈਡੀ ਨੂੰ ਘੱਲ ਫੋਟੋ ਖਿੱਚ ਮੇਰੀ ਆਪਾਂ ਚੱਲੇ ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਕਰਨ ਪੌੜੀਆਂ ਬਣੀਆਂ ਬਸ ਸਾਰਿਆਂ ਦੀ ਹੋਈ ਪਈ ਆ ਯਾਰ ਉਹਦੀ ਜ਼ਿਆਦਾ ਹੋਈ ਜਿਹਨੂੰ ਫੜੀ ਜਾਂਦੇ ਆ ਇਹ ਬਹੁਤ ਜੋਰਿਆਂ ਨੇ ਲੈਣਾ ਸਾਨੂੰ ਲੋ ਜੀ ਬਾਬੇ ਗੁਰਦਿੱਤੇ ਜੀ ਆਪਾਂ ਪਹੁੰਚ ਗਏ ਹਾਂ ਪਹੁੰਚੇ ਨੀ ਮਤਲਬ ਆਉਣ ਦੇ ਚੱਲ ਲੈ ਕਿੰਨੇ ਕੁਛ ਨੀ ਹੈ ਯਾਰ ਲੈ ਨਹੀਂ ਹੈਗੇ ਨਹੀਂ ਹੈਗੇ ਦੰਦ ਨਹੀਂ 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 ਇਹ ਦੂਜਾ ਵਾ ਠੀਕ ਹੈ ਗੈਰਲੈਸ
ਗੁਰਦਿੱਤੇ ਜੀ ਦੇ ਗੁਰਦੁਆਰੇ ਆਪਾਂ ਪਹੁੰਚ ਚੁੱਕੇ ਅੱਜ ਕੱਲ ਦੀ ਮੰਡੀਰ ਬਹੁਤ ਹੋਰ ਮਤ ਕਰਦੀ ਆ ਆਪਾਂ ਆਰਾਮ ਨਾਲ ਚੱਲਣਾ ਵਾ ਹਾਂਜੀ 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 ਕਿੱਧਰ ਨੂੰ ਲੋ ਵੀ ਮੁੰਡੇ ਵਧੀਆ ਵਿਊ ਤੇ ਘੁੰਮ ਰਹੇ ਨੇ ਇਸ ਟਾਈਮ ਆਹ ਚੈੱਕ ਕਰੋ ਸੂਰਜ ਡਲ ਰਿਹਾ ਹੈ ਪੱਛਮੀ ਸੂਰਜ ਡੁੱਬ ਡੁੱਬ ਰਿਹਾ ਹੈ ਇੱਧਰ ਪਾਣੀ ਦਾ ਲੈਵਲ ਚੈੱਕ ਕਰੋ ਲੂਥਰ ਫੋਟੋਗ੍ਰਾਫਰ ਹੂੰ ਮੈਂ ਵਾਹਿਗੁਰੂ ਜੀ ਸਵੇਰ ਨਾਲੋਂ ਜ਼ਿਆਦਾ ਰਸ਼ ਪੈ ਗਿਆ ਹੁਣ ਬਾਬੇ ਨਾਨਕ ਦੇ ਚਲਾਏ ਲੰਗਰ ਅੱਜ ਤੱਕ ਚੱਲਣ ਡੇ ਆ ਦੇਖ ਲਓ ਕਿੰਨੇ ਲੰਗਰ ਆ ਇੱਕ ਇੱਕ ਫੁੱਟ ਬਾਅਦ ਲੰਗਰ ਲੱਗੇ ਆ ਢੇਰਾਂ ਦਾ ਢੇਰ ਲੰਗਰਾਂ ਦੇ ਲੱਗੇ ਆ ਦੇਖੋ ਸੰਗਤਾਂ ਲਓ ਜੀ ਬਾਬੇ ਰਸ਼ ਪੈ ਗਿਆ ਹੋਰ ਕਰੋ ਦਰਸ਼ਨ ਇਸ ਵਾਰ ਹੂੜ ਮੱਤ ਘੱਟ ਆ ਮੰਡੀਰਾ ਦੇ ਕਰੋ ਜੀ ਦਰਸ਼ਨ ਕੇਸਗੜ੍ਹ ਸਾਹਿਬ ਦੇ ਸ਼ੋਪਿੰਗ ਕਰ ਲਈ ਬੱਚੇ ਕਹਿੰਦੇ ਖਾਣ ਪੀਣ ਲਿਆ ਕੇ ਆਇਆ ਚਾਬੀ ਚੁੱਕ ਵੈਲਕਮ ਹੋਮ ਮੁੰਡੇ ਜਾਣ ਹੈਗੀ ਆ ਵੱਡਾ ਸਟੈਂਡ ਆਪੇ ਲਾ ਲੈਂਦਾ
ਇਹ ਤੇ ਪਤਾ ਮੈਂ ਹੈਲਪ ਕਰਾਉਣਾ ਹੁੰਦਾ ਕਾਕਾ ਰਾਜਾ ਸ਼ਿਪਕਲੀ ਕਿੰਗ ਹੁਣ ਨੀ ਫੜੀ ਜਾਣੀ, ਹੁਣ ਇੱਧਰ ਨੂੰ ਆ ਜਾਣੀ। ਸਟਰਗਲ ਕਰਨ ਤੋਂ ਬਾਅਦ ਮੰਜੇ ਡਾਏ, ਐਕਸਟਰਾ ਮੰਜਾ ਲਾਇਆ ਇੱਥੇ। ਚਾਬੀ ਆਪਾਂ ਲੁਕਾ ਕੇ ਗਏ, ਉਹਦਾ ਫੋੜੀਆਂ ਸੀ ਬੈਠਾ। ਜੇ ਆਪਾਂ ਵਾਪਸ ਨਾ ਆਉਂਦੇ, ਬਸ ਕਰੀਏ, ਏਡਾ ਕੀ ਮੈਨੂੰ ਮੂੰਹ ਦਿਖਾਣ ਦੇ ਮੇਰਾ, ਬਸ ਕਰੀਏ, ਬਹੁਤਾ ਸੋਹਣਾ ਲੱਗਣ ਡਿਆ। ਬਾਬੇ ਵਲੌਗ ਦੀ ਕਰਦੇ ਮੈਂ ਆਪਾਂ ਇੱਥੇ ਐਂਡਿੰਗ। ਤੁਹਾਨੂੰ ਵਲੌਗ ਵਧੀਆ ਲੱਗਾ ਹੋਇਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮਿਲਦੇ ਆ ਨਵੇਂ ਵਲੌਗ ਚ, ਕਮੈਂਟ ਕਰਕੇ ਦੱਸੋ ਤੁਹਾਨੂੰ ਵਲੌਗ ਕਿਵੇਂ ਦਾ ਲੱਗਾ। ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਤੇ ਇਹਨੂੰ ਗੁਰਦੁਆਰੇ ਉਧਰ ਨੂੰ ਆ ਨੰਗਲ ਵਾਲੀ ਸਾਈਡ ਤੇ, ਕੱਲ ਨੂੰ ਉਧਰ ਜਾਵਾਂਗੇ, ਫਿਰ ਕੋਸ਼ਿਸ਼ ਕਰਾਂਗੇ ਪਰਸੋਂ ਨੂੰ, ਮੱਥਾ ਟੇਕਾਂਗੇ। ਫਿਰ ਆਪਾਂ ਕੀ ਦੱਸਿਓ ਆਪਾਂ ਵਲੌਗ ਬਣਾਈਏ, ਕਿਉਂਕਿ ਮੈਨੂੰ ਪਤਾ ਇਹੋ ਜਿਹੀਆਂ ਚੀਜ਼ਾਂ ਤੁਸੀਂ ਚੰਗੀਆਂ ਦੇਖਦੇ ਨਹੀਂ ਹੈਗੇ, ਗੁਰਦੁਆਰੇ ਦੇ ਦਰਸ਼ਨ ਤੁਸੀਂ ਕਰਨੇ ਨਹੀਂ ਹੈਗੇ, ਫਿਰ ਤੁਸੀਂ ਉਹ ਦੇਖਣੇ ਨਹੀਂ ਹੈਗੇ। ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦਰਸ਼ਨ ਕਰਾਵਾਂਗੇ, ਕਿਉਂਕਿ ਸਾਰੇ ਹੀ ਤੁਹਾਡੇ ਵਰਗੇ ਆ ਜਿਹੜੇ ਕਹਿਣ ਡੇ ਕਿ ਕਿਉਂ ਪਾਇਆ ਹੈ ਕਿ ਕਿਉਂ ਦਿਖਾਇਆ ਹੈ, ਤਾਂ ਉਹਨਾਂ ਨੂੰ ਵਾਪਸ ਕੱਢ ਕੇ ਕਈ ਚੰਗਾ ਵੀ ਕਹਿਣ ਡੇ ਹੋਣੇ ਕਿ ਜੇ ਆਪਾਂ ਬਾਹਰ ਬੈਠੇ ਦਰਸ਼ਨ ਕਰਾਤੇ ਤੁਸੀਂ ਸਾਨੂੰ, ਸਾਨੂੰ ਬਹੁਤ ਟਾਈਮ ਹੋ ਗਿਆ ਸੀ ਇੰਡੀਆ ਆਏ ਨੂੰ, ਆਪਾਂ ਹੋਲੇ ਮਹੱਲੇ ਦਰਸ਼ਨ ਨਹੀਂ ਸੀ ਕੀਤੇ, ਆਪਾਂ ਕੇਸਗੜ੍ਹ ਸਾਹਿਬ ਨਹੀਂ ਸੀ ਦੇਖਿਆ, ਸੋ ਆਪਾਂ ਉਹਨਾਂ ਕਰਕੇ ਕਲਿੱਪਾਂ ਐਡ ਕਰਤੀਆਂ। ਸੋ ਵਧੀਆ ਲੱਗਾ, ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਵਲੌਗ ਦੀ ਕਰਦੇ ਹੋਏ ਆਪਾਂ ਇੱਥੇ ਐਂਡਿੰਗ। ਵਧੀਆ ਲੱਗਾ ਤੇ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ। ਮਿਲਦੇ ਆ ਨਵੇਂ ਵਲੌਗ ਚ, ਕਮੈਂਟ ਕਰਕੇ ਦੱਸ ਦਿਓ ਕਿ ਵਲੌਗ ਕਿਵੇਂ ਦਾ ਲੱਗਾ, ਤੇ ਅੱਗੇ ਵਲੌਗ ਬਣਾਈਏ ਇਹ ਵੀ ਦੱਸ ਦਿਓ, ਨਾ ਵੀ ਦੱਸੋਗੇ ਆਪਾਂ ਤਾਂ ਵੀ ਬਣਾਵਾਂਗੇ। ਠੀਕ ਆ, ਮਿਲਦੇ ਆ ਹੁਣ ਤੁਹਾਨੂੰ ਅਗਲੇ ਵਲੌਗ ਚ। ਬਾਏ ਬਾਏ, ਟੇਕ ਕੇਅਰ।